ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਸੁਣਨਾ ਧਿਆਨ ਲਾ ਕੇ, ਸਾਧ ਸੰਗਤ ਜੀ ਸੁਣਨਾ ਧਿਆਨ ਲਾ ਕੇ, ਬਾਤ ਉਸ ਇਤਿਹਾਸ ਦੀ ਪਾਉਣ ਲੱਗੀ, ਜਦੋਂ ਜਨਮ ਸੀ ਹੋਇਆ ਪੰਥ ਖਾਲਸੇ ਦਾ, ਉਸ ਵੇਲੇ ਦੀ ਗਾਥਾ ਸੁਣਾਉਣ ਲੱਗੀ, ਕਿਵੇਂ ਕੌਤਕ ਵਰਤਾਇਆ ਦਸ਼ਮੇਸ਼ ਜੀ ਨੇ, ਕਿਵੇਂ ਕੌਤਕ ਵਰਤਾਇਆ ਦਸ਼ਮੇਸ਼ ਜੀ ਨੇ, ਉਸ ਸਮੇਂ ਨੂੰ ਯਾਦ ਕਰਾਉਣ ਲੱਗੀ, ਜੋ ਜੋ ਪੜਿਆ ਮੈਂ ਪਾਵਨ ਇਤਿਹਾਸ ਵਿੱਚੋਂ, ਉਸ ਦ੍ਰਿਸ਼ ਨੂੰ ਸਾਹਮਣੇ ਲਿਆਉਣ ਲੱਗੀ। ਅਨੰਦਪੁਰ ਦੀ ਧਰਤ ਤੇ ਉਸ ਵੇਲੇ, ਅਨੰਦਪੁਰ ਦੀ ਧਰਤ ਤੇ ਉਸ ਵੇਲੇ ਸਜਿਆ ਇਸੇ ਹੀ ਤਰ੍ਹਾਂ ਦਰਬਾਰ ਹੋਣਾ, ਦੂਰ ਦੁਰਾਡਿਓਂ ਹੋਣਗੇ ਚੱਲ ਆਏ ਕੱਠ ਸੰਗਤਾਂ ਦਾ ਕਈ ਹਜ਼ਾਰ ਹੋਣਾ, ਕੋਈ ਕੱਲਾ ਤੇ ਹੁਣੇ ਕੋਈ ਦੋ ਜਾਣੇ, ਕੋਈ ਕੱਲਾ ਤੇ ਹੁਣੇ ਕੋਈ ਦੋ ਜਾਣੇ, ਆਇਆ ਹੋਊ ਕੋਈ ਸਣੇ ਪਰਿਵਾਰ ਹੋਣਾ, ਹੋਊ ਤਾਂਗ ਵੀ ਸਭਨਾ ਦੇ ਦਿਲਾਂ ਅੰਦਰ, ਦਸਮ ਪਿਤਾ ਦਾ ਅੱਜ ਦੀਦਾਰ ਹੋਣਾ। ਇਹੋ ਜਹੇ ਹੀ ਮੰਚ ਤੇ ਗੁਰੂ ਗੋਬਿੰਦ, ਇਹੋ ਜਹੇ ਹੀ ਮੰਚ ਤੇ ਗੁਰੂ ਗੋਬਿੰਦ, ਖੜਾ ਹੱਥ ਵਿੱਚ ਲੈ ਤਲਵਾਰ ਹੋਣਾ, ਜੁੱਸਾ ਭਰਮਾ ਤੇ ਹੋਵੇਗੀ ਡੀਲ ਸੋਹਣੀ, ਚੋਲੇ ਮਖਮਲੀ ਦਾ ਕੀਤਾ ਸ਼ੰਗਾਰ ਹੋਣਾ, ਕਲਗੀ ਸੋਮ ਦੀ ਹੋਵੇਗੀ ਸੀਸ ਉੱਤੇ, ਕਲਗੀ ਸੋਮ ਦੀ ਹੋਵੇਗੀ ਸੀਸ ਉੱਤੇ, ਸੋਹਣਾ ਸੱਜ ਦਾ ਸਿਰੇ ਦਸਤਾਰ ਹੋਣਾ, ਚਿਹਰਾ ਚਮਕਦਾ ਹੋਵੇਗਾ ਚੰਦ ਵਾਂਗੂ, ਰੂਪ ਉਸ ਦਾ ਖਿੜੀ ਗੁਲਜ਼ਾਰ ਹੋਣਾ। ਸੀਸ ਚਾਹੀਦਾ ਇੱਕ ਸ਼ਮਸ਼ੀਰ ਤਾਈ, ਸੀਸ ਚਾਹੀਦਾ ਇੱਕ ਸ਼ਮਸ਼ੀਰ ਤਾਈ, ਗੁਰੂ ਸੰਗਤਾਂ ਨੂੰ ਰਿਹਾ ਲਲਕਾਰ ਹੋਣਾ, ਨੀਜ ਲਾ ਕੇ ਪੰਡਾਲ ਨੂੰ ਤੱਕਦਾ ਹੋਊ, ਸੀਸ ਵਾਲੇ ਦਾ ਕਰਦਾ ਇੰਤਜ਼ਾਰ ਹੋਣਾ। ਸ਼ਾਈ ਹੋਵੇਗੀ ਉਸ ਥਾਂ ਚੁੱਪ ਇਕਦਮ, ਸ਼ਾਈ ਹੋਵੇਗੀ ਉਸ ਥਾਂ ਚੁੱਪ ਇਕਦਮ, ਸਹਿਮ ਛਾਇਆ ਕੁਝ ਲੋਕਾਂ ਵਿਚਕਾਰ ਹੋਣਾ, ਕਈ ਆਖਦੇ ਹੋਣਗੇ ਪਾਤਸ਼ਾਹ ਜੀ ਤੇਰੇ ਕੌਤਕ ਦਾ ਕੋਈ ਆਧਾਰ ਹੋਣਾ। ਬਹੁਤ ਧੰਨਵਾਦ ਜੀ।
ਇੰਨੀ ਪਸਰੀ ਜਹੀ ਉਸ ਚੁੱਪ ਵਿੱਚੋਂ, ਇੰਨੀ ਪਸਰੀ ਜਹੀ ਉਸ ਚੁੱਪ ਵਿੱਚੋਂ, ਦਇਆ ਰਾਮ ਜਦ ਉੱਠ ਕੇ ਆਇਆ ਹੋਣਾ, ਐਸੇ ਸੂਰੇ ਦਲੇਰ ਮਰਜੀਵੜੇ ਨੂੰ ਗੁਰਾਂ ਘੁੱਟ ਕੇ ਛਾਤੀ ਨਾਲ ਲਾਇਆ ਹੋਣਾ। ਦੂਜੀ ਵਾਰ ਵੀ ਗੁਰਾਂ ਸਟੇਜ ਉੱਤੇ ਪ੍ਰਸ਼ਨ ਉਹੋ ਹੀ ਫੇਰ ਦੁਹਰਾਇਆ ਹੋਣਾ, ਧਰਮ ਸਿੰਘ ਨੇ ਧਰਮ ਕਮਾਉਣ ਦੇ ਲਈ ਬੋਲ ਗੁਰਾਂ ਦਾ ਫੇਰ ਪੁਗਾਇਆ ਹੋਣਾ। ਹਿੰਮਤ ਮੁਹਕਮ ਤੇ ਸਾਹਿਬ ਨੇ ਵਾਰੋ ਵਾਰੀ, ਹਿੰਮਤ ਮੁਹਕਮ ਤੇ ਸਾਹਿਬ ਨੇ ਵਾਰੋ ਵਾਰੀ ਸੀਸ ਗੁਰਾਂ ਦੇ ਚਰਨੀ ਲਗਾਏ ਹੋਣੇ, ਇੱਕ ਇੱਕ ਕਰ ਪੰਜ ਜਦ ਹੋਏ ਪੂਰੇ, ਅੰਮ੍ਰਿਤ ਛਕਾ ਗੁਰਾਂ ਸਿੰਘ ਸਜਾਏ ਹੋਣੇ। ਆਪ ਛਕ ਕੇ ਅੰਮ੍ਰਿਤ ਫਿਰ ਪਿਆਰਿਆਂ ਤੋਂ, ਆਪ ਛਕ ਕੇ ਅੰਮ੍ਰਿਤ ਫਿਰ ਪਿਆਰਿਆਂ ਤੋਂ ਗੁਰੂ ਚੇਲਾ ਦਸ਼ਮੇਸ਼ ਅਖਵਾਏ ਹੋਣੇ, ਖਾਲਸਾ ਪੰਥ ਦੀ ਰੱਖ ਕੇ ਨੀ ਸਤਿਗੁਰ ਖੁਸ਼ੀ ਵਿੱਚ ਜੈਕਾਰੇ ਵੀ ਲਾਏ ਹੋਣੇ। ਆਖਰੀ ਬੰਦ ਹੈ ਸਾਧਸੰਗ ਜੀ, ਪੰਥ ਖਾਲਸਾ ਸਾਜ ਦਸ਼ਮੇਸ਼ ਜੀ ਨੇ ਸਾਨੂੰ ਜੀਵਨ ਜਿਉਣਾ ਸਿਖਾ ਦਿੱਤਾ, ਦਾਤ ਅੰਮ੍ਰਿਤ ਦੀ ਬਖਸ਼ ਗੁਰਜੀਤ ਸਭ ਨੂੰ, ਭੈ ਮੌਤ ਦਾ ਉੱਕਾ ਮੁਕਾ ਦਿੱਤਾ, ਰਹੇ ਵਸ ਦਾ ਪੰਥ ਪਰਿਵਾਰ ਮੇਰਾ, ਰਹੇ ਵਸ ਦਾ ਪੰਥ ਪਰਿਵਾਰ ਮੇਰਾ, ਗੁਰਾਂ ਸਰਬੰਸ ਵੀ ਇਸ ਤੋਂ ਲੁਟਾ ਦਿੱਤਾ, ਕਿਹੀ ਸ਼ਕਤੀ ਸੀ ਅੰਮ੍ਰਿਤ ਦੀ ਦਾਤ ਅੰਦਰ, ਸਵਾ ਲੱਖ ਨਾ ਕੱਲਾ ਲੜਾ ਦਿੱਤਾ, ਸਵਾ ਲੱਖ ਨਾ ਕੱਲਾ ਲੜਾ ਦਿੱਤਾ, ਸਵਾ ਲੱਖ ਨਾ ਕੱਲਾ ਲੜਾ ਦਿੱਤਾ। ਬਹੁਤ ਬਹੁਤ ਧੰਨਵਾਦ ਜੀ, ਸਤਸੰਗ ਜੀ ਭੁੱਲਾਂ ਚੁੱਕਾਂ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।